ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਦੀਪ ਸਿੰਘ NRI ਨੰਬਰਦਾਰ ਪਿੰਡ ਭੌਰਾ ਸਿੱਲਾਂ ਸ਼ਹਿਰ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ। ਮੇਰੀ ਮਿਸਿਜ ਬਲਵਿੰਦਰ ਕੌਰ ਜੋ ਕਿ 13 ਤੋਂ ਹੁਣ ਤੱਕ 2018 ਤੱਕ ਸਰਪੰਚ ਰਹੇ ਨੇ, ਉਹਨਾਂ ਦੇ ਸਮੇਂ ਜੋ ਪਿੰਡ ਦਾ ਵਿਕਾਸ ਕੀਤਾ ਗਿਆ, ਸਰਕਾਰ ਵੱਲੋਂ ਗ੍ਰਾਂਟਾਂ ਆਈਆਂ ਗਈਆਂ, ਜੋ ਸਾਡੇ ਪਿੰਡ ਦੀ ਜ਼ਮੀਨ ਪੰਚਾਇਤ ਫੰਡ ਵਿੱਚੋਂ ਪਿੰਡ ਦੀਆਂ ਤਕਰੀਬਨ 80% ਪਿੰਡ ਦੀਆਂ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਕਰਾ ਦਿੱਤੀਆਂ, ਕੁਛ ਇੰਟਰਲੋਕ ਵਗੈਰਾ ਨਾਲ ਅਤੇ ਕੁਛ ਪਿੰਡ ਕੰਕਰੀਟ ਦੇ ਨਾਲ ਸਾਰੀਆਂ ਤਕਰੀਬਨ ਪੱਕੀਆਂ ਕਰਾ ਦਿੱਤੀਆਂ। ਪਿੰਡ ਦੇ ਪਾਣੀ ਦਾ ਨਿਕਾਸ ਜੋ ਕਿ ਸਾਰਾ ਐਨ ਪੂਰਾ ਬਿਲਕੁਲ ਠੀਕ ਹੈ, ਕਿਤੇ ਅੱਜ ਕੱਲ੍ਹ ਪਿੰਡ 'ਤੇ ਕਿਤੇ ਵੀ ਪਾਣੀ ਨਹੀਂ ਖੜਾ ਹੁੰਦਾ। ਸਫਾਈ ਦਾ ਪ੍ਰਬੰਧ, ਹੋਰ ਜੋ ਵੀ ਬੁਢਾਪਾ ਪੈਨਸ਼ਨਾਂ ਦੇ ਫਾਰਮ ਵਗੈਰਾ ਭਰੇ ਗਏ ਸਨ, ਸਾਰਿਆਂ ਦੇ ਨਾਲ ਜਾ ਕੇ ਮੈਂ ਮੇਰੇ ਮਿਸਿਜ ਕਿ ਮੈਂ NRI ਨੰਬਰਦਾਰ ਹੋਣ ਦੇ ਨਾਤੇ ਆਪ ਵੀ ਬੜਾ ਸਹਿਯੋਗ ਦਿੱਤਾ ਉਹਨਾਂ ਦਾ, ਅਤੇ ਮੇਰਾ ਪਿੰਡ ਵਾਸੀਆਂ ਨੇ ਔਰ ਮੇਰੀ ਟੀਮ ਪੰਚਾਇਤ ਮੈਂਬਰਾਂ ਨੇ ਵੀ ਸਾਡਾ ਬੜਾ ਸਹਿਯੋਗ ਦਿੱਤਾ। ਨੰਬਰਦਾਰ ਸਾਹਿਬ, ਜਿੱਦਾਂ ਕਿ ਤੁਹਾਡੇ ਦੱਸਣ ਮੁਤਾਬਕ ਕਿ NRI ਨੰਬਰਦਾਰ ਸਾਹਿਬਾਂ ਨੂੰ ਕੋਈ ਵੀ ਮਾਣ ਪਤਾ ਨਹੀਂ ਦਿੱਤਾ ਜਾਂਦਾ ਜਾਂ ਨਹੀਂ ਮਿਲ ਰਿਹਾ, ਤੁਸੀਂ ਸੰਤੁਸ਼ਟ ਹੋ ਕਿ ਤੁਹਾਨੂੰ ਕੋਈ ਸਰਕਾਰ ਕੋਈ ਪੈਸਾ ਨਹੀਂ ਦੇ ਰਹੀ ਨੰਬਰਦਾਰਾਂ ਨੂੰ, ਤੁਸੀਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਰਹੇ ਹਾਂ ਲੋਕਾਂ ਦੀ ਭਲਾਈ ਦੇ ਲਈ, ਕੀ ਮਹਿਸੂਸ ਕਰਦੇ ਹੋ? ਸੰਤੁਸ਼ਟ ਤਾਂ ਨਹੀਂ, ਕਿਉਂਕਿ ਇੱਦਾਂ ਵੀ ਇੱਕ ਤਾਂ NRI ਦਾ ਆਪ ਬਾਹਰ ਟਰੈਵਲ ਕਰਕੇ ਆਇਆ ਮੌਜੂਦਾ ਇੰਨਾ ਰਹਿੰਦਾ, ਮੈਂ NRI ਦਾ ਨੋਮੀਨੇਟ ਹਾਂ ਕਿਉਂਕਿ ਮੇਰੇ ਪਰਿਵਾਰ ਮੇਰੇ ਰਿਸ਼ਤੇਦਾਰ ਬਾਹਰ ਸੀਗੇ, ਉਹਨਾਂ ਦਾ ਮੈਂ ਨੋਮੀਨੇਟ ਹਾਂ ਕਿਉਂਕਿ ਮੈਨੂੰ ਕੋਈ ਮਾਣ ਪੱਤਾ ਨਹੀਂ ਮਿਲਦਾ। ਮੈਂ ਖੁਦ ਆਪਣੇ ਮੋਟਰਸਾਈਕਲ 'ਤੇ ਜਾਂ ਆਪਣੀ ਗੱਡੀ 'ਤੇ ਜਾਂਦਾ ਕਿਸੇ ਦਾ ਕੰਮ ਕਰਾਉਣਾ ਹੋਵੇ। ਅੱਜ ਤੱਕ ਮੈਂ ਕਿਸੇ ਨਾਲ ਬੈਠ ਕੇ ਜਾਂ ਮੈਨੂੰ ਕੋਈ ਪਿੰਡ ਦਾ ਕੋਈ ਚੈਲੇਂਜ ਕਰਕੇ ਕਹਿ ਦੇਵੇ ਮੈਂ ਤੈਨੂੰ ਗੱਡੀ 'ਚ ਲੈ ਕੇ ਗਏ ਹਾਂ, ਫਿਰ ਤੇਰੀ ਜਾਂ ਕੁਛ ਤੈਨੂੰ ਕੋਈ 10-20 ਰੁਪਏ ਦਿੱਤੇ ਹੋਣਗੇ ਜਾਂ ਕੁਛ ਵੀ ਦਿੱਤਾ, ਮੈਂ ਸਿਰਫ ਆਪਣੇ ਕੋਲ ਲੈ ਕੇ ਜਾਂਦਾ। ਜਿਸ ਤੱਕ ਇਹਦਾ ਕੰਮ ਵੀ ਹੁੰਦਾ ਮੈਂ ਆਪਣੀ ਗੱਡੀ ਜਾਂ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਉਹਦਾ ਕੰਮ ਕਰਾ ਕੇ ਘਰ ਆ ਦਿੰਦਾ।